जिस तरह 2022 ਦੀਆਂ ਚੋਣਾਂ ਨੇੜੇ ਆਉਂਦੀਆਂ ਉੱਤੇ ਚਲਦੇ ਜਿਹੜਾ ਕਾਂਗਰਸ ਪਾਰਟੀ ਦੇ ਆਪਣੇ ਜਿਹੜੇ ਅੰਦਰ ਦੇ ਜਿਹੜੇ ਫੁੱਟ ਸਾਹਮਣੇ ਨੇ ਆਂਡੀ ਜਿਹਦੇ ਚਲਦੇ ਕਾਂਗਰਸ ਤੇ ਜਿਹੜੇ ਸਿੱਧੂ ਨਵਜੋਤ ਸਿੰਘ ਸਿੱਧੂ ਨੇ ਤੇ ਜਿਹੜੇ ਆਪਣੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਉਹਨਾਂ ਦੇ ਵਿੱਚ ਪੋਸਟਰਾਂ ਦੀ ਵਾਰ ਛਿੜ ਗਈ ਹੈ। ਤੁਸੀਂ ਵੇਖ ਸਕਦੇ ਜੇ ਇਸ ਵੇਲੇ ਆਪਾਂ ਅੰਮ੍ਰਿਤਸਰ ਦੇ ਭੰਡਾਰੀ ਪੁਲ ਤੇ ਖੜੇ ਆ ਜਿੱਥੇ ਕਾਂਗਰਸ ਦੇ ਜਿਹੜੇ ਨਵਜੋਤ ਸਿੰਘ ਸਿੱਧੂ ਸਾਬਕਾ ਮੰਤਰੀ ਆ ਉਹਨਾਂ ਦੇ ਪੋਸਟਰ ਲਗਾਏ ਜਾ ਰਹੇ ਨੇ ਤੇ ਪਹਿਲਾਂ ਜਿੱਥੇ ਸ਼ਹਿਰ ਦੇ ਵਿੱਚ ਪੋਸਟਰ ਲੱਗੇ ਸੀ ਸਾਡਾ ਕੈਪਟਨ ਇੱਕੋ ਹੀ ਕੈਪਟਨ ਹੋਏਗਾ ਤੇ ਉਸ ਤੇ ਚੱਲਦੇ ਹੁਣ ਲੋਕ ਚਾਹੁੰਦੇ ਨੇ ਨਵਜੋਤ ਸਿੰਘ ਸਿੱਧੂ ਜਿਹੜੇ ਪੋਸਟਰ ਜਿਹੜੇ ਲਗਾਏ ਜਾ ਰਹੇ ਤੁਸੀਂ ਵੇਖ ਸਕਦੇ ਇਸ ਵੇਲੇ ਭੰਡਾਰੀ ਪੁਲ ਤੇ ਜਿਹੜਾ ਈਟੀਵੀ ਤੇ ਲਾਈਵ ਤਸਵੀਰਾਂ ਕਿ ਨਵਜੋਤ ਸਿੰਘ ਸਿੱਧੂ ਦੇ ਹੱਕ ਦੇ ਵਿੱਚ 2022 ਨੂੰ ਆਉਣ ਵਾਲੀਆਂ ਜਿਹੜੀਆਂ ਚੋਣਾਂ ਦੇ ਚੱਲਦੇ ਇਹ ਜਿਹੜਾ ਕਾਂਗਰਸ ਦੀ ਜਿਹੜੀ ਫੁੱਟ ਉਜਾਗਰ ਹੋ ਰਹੀ ਆ ਤੇ ਆਪਸੀ ਫੁੱਟ ਨੂੰ ਲੈ ਕੇ ਜਿਹੜੇ ਇਹ ਪੋਸਟਰ ਲਗਾਏ ਜਾ ਰਹੇ ਇੱਕ ਬੰਨੇ ਕੈਪਟਨ ਦੇ ਪੋਸਟਰ ਲੱਗ ਰਹੇ ਨੇ ਤੇ ਇੱਕ ਬੰਨੇ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲੱਗ ਰਹੇ ਨੇ ਤੇ ਅਸੀਂ ਗੱਲਬਾਤ ਕਰਾਂਗੇ ਜਿਹੜੇ ਸਾਡੇ ਇੱਥੇ सियासत भखदी नज़र आ रही है। कांग्रेस के विच जिहड़ी आपसी फुट सामने आ रही है। एक बन्ने अकाली बसपा गठजोड़ जिहड़ा तैयार हो गया भाजपा टुटन तो बाद उन्हां अकालियां ने जिहड़ा बसपा नाल गठजोड़ कर लिया बहुजन समाज पार्टी नाल। उस तो बाद जिहड़ी कांग्रेस दी जिहड़ी कलह जिहड़ी अंदर नज़र आ रही कांग्रेस दे विच जिहड़ी फुट उजागर हो रही है जिस नूं चलते ये 2022 दी चोणां दे विच वड्डा खामजा भी भुगतना पै सकदा है कांग्रेस नूं जिहदे चलदे अज फिर जिहड़ा एक बार जिहड़े हुण नवजोत सिंह सिद्धू दे पोस्टर जिहड़े लगाए जा रहे हैं फतेह करांगे बनावांगे सरकार 2022 च सिद्धू दा सिर ते ताज। तुसीं वेख सकदे जे पोस्टर लग रहे ने भंडारी पुल दे उत्ते ते ਜਿਹੜੀਆਂ ਚੋਣਾਂ ਨੇ नज़दीक आ रही ਜਿਉਂ-ਜਿਉਂ ਚੋਣਾਂ नज़दीक आ रही ਤਿਉਂ-ਤਿਉਂ ਇਹ ਜਿਹੜੇ पोस्टर ਦੀ ਵਾਰ तेज़ हो ਚੱਲੀ ਹੈ। ਅਸੀਂ ਵੇਰਕਾ ਜੀ ਸਿੱਧੂ ਦੇ ਸਮਰਥਕ ਮੌਜੂਦ ਹੈ ਆਪਾਂ ਨਾਲ ਗੱਲਬਾत ਕਰਾਂਗੇ ਕੀ ਕਹਿਣਾ। ਹਾਂਜੀ ਭਾਅ ਜੀ ਜਿਹੜੇ पोस्टर ਲਗਾਏ ਜਾ ਰਹੇ ਕੀ ਕਹਿਣਾ ਚਾਹੁੰਦੇ ਇਹਦੇ ਬਾਰੇ? ਇਹ ਜਿਹੜੇ ਪੋਸਟਰ ਅਸੀਂ ਲਾ ਰਹੇ ਹਾਂ ਉਹਦੇ ਨਾਲ ਕੀ ਜ਼ਰੂਰਤ ਮਹਿਸੂਸ ਹੋ ਰਹੀ ਤੁਹਾਨੂੰ ਕਿ ਇਹ ਜਿਹੜੇ ਵੋਟਿੰਗ ਲਾਉਣੇ ਬਹੁਤ ਜ਼ਰੂਰੀ ਨੇ? ਨਹੀਂ ਜੀ ਅਸੀਂ ਅੱਗੇ ਵੀ ਆਪਣਾ ਜਿਹੜੇ ਤੁਸੀਂ ਜਾਣਦੇ ਹੀ ਆ ਕਿ ਜਦੋਂ ਵੀ ਸਿੱਧੂ ਸਾਹਿਬ ਕੋਈ ਚੰਗੇ ਕੰਮ ਕਰਦੇ ਹੀ ਹੋਲਡਿੰਗ ਲਾਉਂਦੇ ਆ। ਜਦੋਂ ਸਿੱਧੂ ਸਾਹਿਬ ਨੇ ਨਨਕਾਣਾ ਸਾਹਿਬ ਦਾ ਰਸਤਾ ਖਿਲਾਇਆ ਸੀ ਉਦੋਂ ਵੀ ਅਸੀਂ ਇਮਰਾਨ ਖਾਨ ਦੇ ਤੇ ਸਰਦਾਰ ਨਵਜੋਤ ਸਿੰਘ ਸਿੱਧੂ ਦੇ ਪੋਸਟਰ ਲਾਏ ਸੀ। ਅਸੀਂ ਦੇਣਾ ਚਾਹੁੰਦੇ ਆ ਕਿ ਕਾਂਗਰਸ ਪਾਰਟੀ ਇੱਕ ਆ ਕੋਈ ਦੋ ਵਾਰਡ ਨਹੀਂ ਆ। ਸਿਰਫ ਜਿੱਥੇ ਜਿੱਥੇ ਕਿਸੇ ਦਾ ਪਿਆਰ ਆ ਜਿਹਦੇ ਨਾਲ ਕੋਈ ਜੁੜਿਆ ਵਾ ਉਹ ਉਹਨਾਂ ਵਾਸਤੇ ਪੋਸਟਰ ਲਾ ਰਿਹਾ ਹੋਰ ਕੋਈ ਗੱਲ। ਪਹਿਲਾਂ 2022 ਦੀ ਇਲੈਕਸ਼ਨ ਨੂੰ ਲੈ ਕੇ ਕਿਤੇ ਕਲਾ ਨਜ਼ਰ ਆ ਰਹੀ ਪਾਰਟੀ ਦੇ ਵਿੱਚ ਜਿਹੜੇ ਬੁਗਲਾ ਨਜ਼ਰ ਆ ਰਹੀ ਜਦੋਂ ਪਹਿਲਾਂ ਕੈਪਟਨ ਦੇ ਪੋਸਟਰ ਲਗਾਏ ਗਏ ਉਸ ਸਾਹ ਦੇ ਪੋਸਟਰ ਲਗਾਏ ਗਏ ਕੀ ਕਹਿਣਾ ਚਾਹੁੰਦੇ ਤੇ ਬਾਰੇ? ਜਦੋਂ ਕੈਪਟਨ ਸਾਹਿਬ ਦੇ ਵੀ ਪੋਸਟਰ ਜਿਹੜੇ ਲਾਏ ਗਏ ਆ ਉਹਨਾਂ ਨੇ ਆਪਣਾ ਸਰਦਾਰ ਕਰਮਜੀਤ ਸਿੰਘ ਰਿੰਟੂ ਜਿਹੜੇ ਆ ਮੇਅਰ ਸਾਹਿਬ ਆ ਉਹਨਾਂ ਵੀ ਲਾਏ ਆ। ਹੋਰ ਪਟਿਆਲੇ 'ਚ ਵੀ ਜਿਵੇਂ ਕੈਪਟਨ ਸਾਹਿਬ ਦੇ ਵੀ ਲੱਗ ਰਹੇ ਆ। ਇਹ ਸਨ ਹਰਪਾਲ ਵੇਰਕਾ ਜਿਹੜਾ ਵੇਰਕੇ ਤੋਂ ਕੌਂਸਲਰ ਰਹਿ ਚੁੱਕੇ ਨੇ ਉਹਨਾਂ ਦਾ ਕਹਿਣਾ ਕਿ ਜਿਹੜੇ ਸਿੱਧੂ ਸਾਹਿਬ ਦੇ ਪੋਸਟਰ ਨੇ ਇਹ ਅਸੀਂ ਆਪਣੇ ਵੈਸੇ ਨਿੱਜੀ ਤੌਰ ਤੇ ਲਗਾਏ ਜਾ ਰਹੇ ਨੇ ਸਾਡੇ ਵਿੱਚ ਕੋਈ ਕਲਹਿ ਨਹੀਂ ਆ ਕਾਂਗਰਸ ਦੇ ਵਿੱਚ। ਕੈਪਟਨ ਸਾਹਿਬ ਆਪਣੀ ਜਗ੍ਹਾ ਤੇ ਨੇ ਤੇ ਸਿੱਧੂ ਸਾਹਿਬ ਆਪਣੀ ਜਗ੍ਹਾ ਕਿ ਲੋਕ ਸਿੱਧੂ ਸਾਹਿਬ ਨੂੰ ਪਿਆਰ ਕਰਦੇ ਨੇ ਤੇ ਇਸ ਕਰਕੇ ਪੋਸਟਰ ਲਗਾਏ ਜਾ ਰਹੇ ਨੇ। ਤੇ ਜਦੋਂ ਸਿੱਧੂ ਸਾਹਿਬ ਉਹਨਾਂ ਨੇ ਕਹਿਣਾ ਸੀ ਜਦੋਂ ਨਨਕਾਣਾ ਸਾਹਿਬ ਦਾ ਰਸਤਾ ਖੁਲਾਉਣਾ ਸੀ ਉਸ ਵੇਲੇ ਵੀ ਸਿੱਧੂ ਸਾਹਿਬ ਨੇ ਇਹ ਸਿੱਧੂ ਸਾਹਿਬ ਦੇ ਪੋਸਟਰ ਲਗਾਏ ਗਏ ਸੀ ਤੇ ਜਿਸ ਦੇ ਚੱਲਦੇ ਸਾਰੇ ਸ਼ਹਿਰ ਦੇ ਵਿੱਚ ਇਹ ਪੋਸਟਰ ਲਗਾਏ ਗਏ। ਜਦੋਂ ਨਨਕਾਣਾ ਸਾਹਿਬ ਦਾ ਰਸਤਾ ਖੁੱਲ੍ਹਿਆ ਉਸ ਨੂੰ ਲੈ ਕੇ ਵੀ ਇਹ ਪੋਸਟਰ ਲਗਾਏ ਗਏ ਸੀ। ਹੁਣ ਵੀ ਜਿਹੜੇ ਇਹ ਪੋਸਟਰ ਇਹ ਸਿੱਧੂ ਸਾਹਿਬ ਦੇ ਇਹ ਸਿਰਫ ਚੋਣਾਂ ਨੂੰ ਲੈ ਕੇ ਲਗਾਏ ਗਏ ਨਾ ਕਿ ਕੋਈ ਕਾਂਗਰਸ ਦੇ ਵਿੱਚ ਕੋਈ ਕਲਾ ਨਜ਼ਰ ਆ ਰਹੀ ਹੈ। ਸਿਰਫ ਇੱਕ ਆਪਸੀ ਭਾਈਚਾਰੇ ਦੇ ਕਾਰਨ ਇਹ ਪੋਸਟਰ ਲਗਾਏ ਜਾ ਰਹੇ ਨੇ ਤੇ ਉਹਨਾਂ ਨਾਲ ਗੱਲਬਾਤ ਕੀਤੀ ਗਈ ਕਿ 20 ਜੂਨ ਨੂੰ ਜਿਹੜਾ ਕਾਂਗਰਸ ਹਾਈ ਕਮਾਨ ਨੇ ਦੋਵਾਂ ਨੂੰ ਦਿੱਲੀ ਸੱਦਿਆ ਤੇ ਉਹਨਾਂ ਦਾ ਕਹਿਣਾ ਹੈ ਕਿ ਇਸ ਮਸਲੇ ਦੇ ਉੱਤੇ ਇਹਨਾਂ ਨੂੰ ਅਹਿਮ ਅਹੁਦੇ ਦਿੱਤੇ ਜਾਣਗੇ ਜਿਸ ਦੇ ਚੱਲਦੇ ਇਹਨਾਂ ਨੂੰ ਕਾਂਗਰਸ ਹਾਈ ਕਮਾਨ ਨੇ ਉੱਥੇ ਸੱਦਿਆ। ਅੰਮ੍ਰਿਤਸਰ ਤੋਂ ਕੈਮਰਾਮੈਨ ਦੀਪਕ ਦੇ ਨਾਲ ਲਲਿਤ ਸ਼ਰਮਾ ਰਿਪੋਰਟ ETV ਭਾਰਤ।